ਅਜੀਤ ਵੈੱਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣਾ, ਹਾਜ਼ਰ ਹਾਂ ਹਫ਼ਤਾਵਾਰੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਅਤੇ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਉੱਘੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਣਕ ਜੀ ਆਪਣੇ ਨੇ। ਮਾਣਕ ਸਾਹਿਬ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ। ਮਾਣਕ ਸਾਹਿਬ, ਪਹਿਲੀ ਖਬਰ ਖੁਸ਼ਖਬਰੀ ਆ ਜਿਹੜੀ ਬਹੁਤ ਵਧੀਆ ਪੰਜਾਬੀ ਸੰਗੀਤ ਦੇ ਲਈ, ਗੀਤ ਸੰਗੀਤ ਦੇ ਲਈ, ਕਿ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੀ ਦੀ 7ਵੀਂ ਸੀਡੀ ਆ ਜਿਹੜੀ ਲੋਕ ਗੀਤਾਂ ਦੇ ਨਾਲ ਜੁੜੀ ਹੋਈ, ਉਹ ਲੋਕ ਅਰਪਣ ਕੀਤੀ ਗਈ ਹੈ। ਕੀ ਕਹਿਣਾ ਚਾਹੋਗੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੀ ਦੀ ਪੱਤਰਕਾਰੀ ਅਤੇ ਉਹਨਾਂ ਦੇ ਸੰਗੀਤ ਦੇ ਸ਼ੌਕ ਬਾਬਤ? ਟੈਣਾ ਜੀ, ਬਿਨਾਂ ਸ਼ੱਕ ਕੱਲ੍ਹ ਜਿਹੜਾ ਸਮਾਗਮ ਹੋਇਆ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ 7ਵੀਂ ਜਿਹੜੀ ਸੰਗੀਤ ਐਲਬਮ ਰਿਲੀਜ਼ ਕਰਨ ਦਾ, ਉਹ ਬੇਮਿਸਾਲ ਸੀ। ਔਰ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਉਹਦੇ 'ਚ ਸ਼ਾਮਿਲ ਹੋਏ, ਵੱਡੀ ਗਿਣਤੀ 'ਚ ਬੁੱਧੀਜੀਵੀ ਵੀ ਸ਼ਾਮਿਲ ਸੀਗੇ। ਜਿੱਥੋਂ ਤੱਕ ਬਰਜਿੰਦਰ ਸਿੰਘ ਹਮਦਰਦ ਹੋਰਾਂ ਦੇ ਸੰਗੀਤ ਦੇ ਸ਼ੌਕ ਦਾ ਸੰਬੰਧ ਹੈ, ਇਹ ਉਹ ਉਹਨਾਂ ਨੂੰ ਬਚਪਨ ਤੋਂ ਸੀ। ਬਚਪਨ ਤੋਂ ਜਿਹੜੇ ਅੱਛੇ ਸ਼ਾਇਰਾਂ ਦੇ ਗੀਤ ਉਹ ਗੁਣਗੁਣਾਉਂਦੇ ਰਹੇ, ਔਰ ਉਹਨਾਂ ਇਸ ਤਰ੍ਹਾਂ ਦੇ ਅੱਛੇ ਸ਼ਾਇਰਾਂ ਦੇ ਗਾਏ ਹੋਏ ਗੀਤ ਦੂਜੇ ਫਨਕਾਰਾਂ ਦੇ ਉਹ ਸੁਣਦੇ ਰਹੇ, ਅਤੇ ਜਿਹੜੀਆਂ ਧੁਨਾਂ ਉਹਨਾਂ ਦੇ ਕੰਨਾਂ 'ਚ ਲਗਾਤਾਰ ਵੱਜਦੀਆਂ ਰਹੀਆਂ, ਉਹ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਆਪਣੀ ਆਵਾਜ਼ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਇਹਦੇ ਵਿੱਚ ਪਿਛਲੀਆਂ 6 ਜਿਹੜੀਆਂ ਉਹਨਾਂ ਦੀਆਂ ਸੰਗੀਤ ਐਲਬਮਾਂ ਸੀਗੀਆਂ, ਉਹਦੇ ਵਿੱਚ ਉਹਨਾਂ ਨੇ ਹਿੰਦੀ ਦੇ, ਉਰਦੂ ਦੇ, ਪੰਜਾਬੀ ਦੇ ਜਿਹੜੇ ਸ਼ਾਇਰ ਆ ਉਹਨਾਂ ਦੀ ਮਿਆਰੀ ਸ਼ਾਇਰੀ ਨੂੰ ਗਾਇਆ, ਅਤੇ ਆਪਣੇ ਪਿਤਾ ਡਾਕਟਰ ਸਾਧੂ ਸਿੰਘ ਹਮਦਰਦ ਦੀਆਂ ਗਜ਼ਲਾਂ ਦੀ ਇੱਕ ਵਿਸ਼ੇਸ਼ ਤੌਰ 'ਤੇ ਜਿਹੜੀ ਆ ਉਹਨਾਂ ਨੇ ਸੰਗੀਤ ਐਲਬਮ ਤਿਆਰ ਕੀਤੀ, ਜਿਹਦਾ ਨਾਂ ਜਿਹੜਾ ਸ਼ਰਧਾਂਜਲੀ ਰੱਖਿਆ ਗਿਆ। ਆਪਣੇ ਇਸੇ ਹੀ ਜਿਹੜੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਉਹਨਾਂ ਨੇ 7ਵੀਂ ਜਿਹੜੀ ਆਪਣੀ ਸੰਗੀਤ ਐਲਬਮ ਆ ਲੋਕ ਗੀਤਾਂ 'ਤੇ ਆਧਾਰਿਤ ਉਹ ਜਿਹੜੀ ਆ ਪੇਸ਼ ਕੀਤੀ ਹੈ, ਔਰ ਜਿੰਨੇ ਵੀ ਲੋਕਾਂ ਨੇ ਕੱਲ੍ਹ ਦੇ ਸਮਾਗਮ 'ਚ ਉਹਨੂੰ ਸੁਣਿਆ ਔਰ ਜਿਸ ਤਰ੍ਹਾਂ ਦਾ ਉਹਦਾ ਗੁਰਦੀਪ ਸਿੰਘ ਨੇ ਸੰਗੀਤ ਬਣਾਇਆ, ਉਹ ਬਿਨਾਂ ਸ਼ੱਕ ਜਿਹੜਾ ਹਰ ਜਿਹੜਾ ਪੰਜਾਬੀ ਹਿਰਦਾ ਉਹਨੂੰ ਉਹ ਛੂੰਹਦੀ ਹੈ ਜਿਹੜੀ ਇਹ ਸੰਗੀਤ ਐਲਬਮ। ਬਾਕੀ ਟੈਣਾ ਜੀ, ਮੈਂ ਸਮਝਦਾ ਕਿ ਜ਼ਿੰਦਗੀ ਦੇ ਇਸ ਪੜਾਅ 'ਤੇ ਆ ਕੇ, ਕੈਰੀਅਰ ਦੇ ਇਸ ਪੜਾਅ 'ਤੇ ਆ ਕੇ, ਜਦੋਂ ਕਿ ਵੱਡਾ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਪੱਤਰਕਾਰੀ ਨੂੰ ਦਿੱਤਾ, ਅਤੇ ਸੰਗੀਤ ਦੇ ਖੇਤਰ 'ਚ ਆਉਣਾ ਉਹ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ। ਉਹਦੇ 'ਚ ਮੈਨੂੰ ਦੋ ਗੱਲਾਂ ਲੱਗਦੀਆਂ। ਇੱਕ ਤਾਂ ਗੱਲ ਇਹ ਆ ਕਿ ਉਹਨਾਂ ਨੂੰ ਬਚਪਨ ਤੋਂ ਜਿਹੜਾ ਸੰਗੀਤ ਦਾ ਸ਼ੌਕ ਸੀਗਾ ਉਹਨੂੰ ਉਹਨਾਂ ਨੇ ਪੂਰਾ ਕਰ ਲਿਆ। ਦੂਜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਸ ਵੇਲੇ ਜਦੋਂ ਸਾਡਾ ਗੀਤ ਸੰਗੀਤ ਬਹੁਤ ਜ਼ਿਆਦਾ ਵਪਾਰਕ ਹੋ ਗਿਆ, ਜਦੋਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਮਰ ਰਹੀਆਂ, ਜਦੋਂ ਸਾਡੇ ਅੱਜ ਦੇ ਜਿਹੜੇ ਬਹੁਤ ਸਾਰੇ ਗਾਇਕ ਹੈ ਅਜਿਹੇ ਗੀਤ ਗਾ ਰਹੇ ਆ ਜਿਹੜੇ ਪਰਿਵਾਰਾਂ 'ਚ ਬੈਠ ਕੇ ਸੁਣੇ ਨਹੀਂ ਜਾ ਸਕਦੇ, ਔਰ ਅਜਿਹੇ ਗੀਤ ਗਾਏ ਜਾ ਰਹੇ ਜਿਨ੍ਹਾਂ 'ਚ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ, ਹਥਿਆਰਾਂ ਦਾ ਵਿਖਾਵਾ ਕਰਨ ਲਈ, ਅਤੇ ਜਿਹੜੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ 'ਚ ਫਾਇਰਿੰਗ ਕਰਨ ਲਈ ਉਕਸਾਇਆ ਜਾ ਰਿਹਾ, ਅਤੇ ਇਸ ਤਰ੍ਹਾਂ ਦੇ ਗੀਤ ਜਿਹੜੇ ਪੇਸ਼ ਕੀਤੇ ਜਾ ਰਹੇ ਆ, ਅਤੇ ਨਸ਼ਿਆਂ ਦਾ ਜਿਹੜਾ ਉਹ ਮਹਿਮਾ ਮੰਡਨ ਕੀਤਾ ਜਾਂਦਾ, ਅਤੇ ਸ਼ਰਾਬ ਦੇ ਅਤੇ ਬਹੁਤ ਸਾਰੇ ਗਾਣੇ ਜਿਹੜੇ ਬਣੇ ਹੋਏ ਅੱਜ ਕੱਲ੍ਹ। ਮੈਨੂੰ ਤਾਂ ਟੈਣਾ ਜੀ ਇੱਦਾਂ ਲੱਗਦਾ ਕਿ ਬਹੁਤੇ ਗੀਤਕਾਰ ਜਿਹੜੇ ਆ ਉਹ ਸਿਰਫ ਵਿਆਹ ਦੀਆਂ ਪਾਰਟੀਆਂ ਜਿੱਥੇ ਡੀਜੇ ਵੱਜਣੇ ਹੁੰਦੇ ਆ, ਡੀਜੇ 'ਤੇ ਵੱਜਣ ਵਾਲੇ ਗੀਤ ਆ ਜਿਹਦੇ ਜ਼ਿਆਦਾ ਲੋਕ ਉਸ ਵੇਲੇ ਸ਼ਰਾਬ ਪੀ ਰਹੇ ਹੁੰਦੇ ਆ, ਅਤੇ ਉਹ ਗਾਣੇ ਵੀ ਜ਼ਿਆਦਾ ਜਿਹੜੇ ਆ ਸ਼ਰਾਬ ਪੀਣ ਵਾਲਿਆਂ ਬਾਰੇ ਜਾਂ ਸ਼ਰਾਬ ਪੀਣ ਵਾਲਿਆਂ ਦੀ ਸੋਭਾ ਦੇ ਜਿਹੜੇ ਆ ਉਹ ਲਿਖੇ ਜਾ ਰਹੇ ਆ, ਗਾਏ ਜਾ ਰਹੇ ਆ। ਅਤੇ ਇਸ ਸਮੇਂ 'ਚ ਡਾਕਟਰ ਬਰਜਿੰਦਰ ਸਿੰਘ ਨੇ ਸਾਫ਼ ਸੁਥਰੀ ਗਾਇਕੀ ਆਪਣੀ ਪੇਸ਼ ਕਰਕੇ ਇੱਕ ਜਿਹੜਾ ਪੰਜਾਬੀ ਸਮਾਜ ਦੇ ਸਾਹਮਣੇ ਇੱਕ ਬਦਲ ਰੱਖਿਆ, ਇੱਕ ਵੱਡੀ ਲੀਕ ਬਾਈ ਹੈ ਕਿ ਇਸ ਤਰ੍ਹਾਂ ਦੀ ਸ਼ਾਇਰੀ ਵੀ ਗਾਈ ਜਾ ਸਕਦੀ ਆ, ਇਸ ਤਰ੍ਹਾਂ ਦੇ ਜਿਹੜੇ ਗੀਤ ਵੀ ਪੇਸ਼ ਕੀਤੇ ਜਾ ਸਕਦੇ ਆ ਜਿਹੜੇ ਤੁਹਾਡੇ ਸੋਝ ਸੁਆਦਾਂ ਦੀ ਇੱਕ ਸੀਮਾ ਦੇ ਅੰਦਰ ਰਹਿ ਕੇ ਪੂਰਤੀ ਕਰਦੇ ਆ, ਤੁਹਾਡਾ ਮਨੋਰੰਜਨ ਵੀ ਕਰਦੇ ਆ, ਅਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਰਿਸ਼ਤਿਆਂ ਦਾ ਸੰਤੁਲਨ ਬਣਾਉਣ ਲਈ ਵੀ ਪ੍ਰੇਰਦੇ ਆ। ਬਿਲਕੁਲ ਮਾਣਕ ਸਾਹਿਬ, ਕੱਲ੍ਹ ਹੀ ਇੱਕ ਹੋਰ ਖਬਰ ਆ ਜਿਹੜੀ ਬੜਾ ਕੁਝ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਨ ਵਾਸਤੇ ਆਈ ਸੀਗੀ ਕਿ ਮਾਣਯੋਗ ਜੱਜ ਸਾਹਿਬਾਨ ਦੀ ਇੱਕ ਮੀਟਿੰਗ ਹੋਈ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ, ਅਤੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹਾਜ਼ਰੀ ਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਰੀ ਭਾਵੁਕ ਹੋ ਗਏ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਟਪਕ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਅਦਾਲਤਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਕਿਸ ਤਰੀਕੇ ਦੇ ਨਾਲ ਕਾਨੂੰਨ ਪ੍ਰਕਿਰਿਆ ਮਜਬੂਰ ਹੈ ਆਪਣਾ ਕੰਮ ਹੌਲੀ ਹੌਲੀ ਰੇਂਗ ਰੇਂਗ ਕੇ ਕਰਨ ਵਾਸਤੇ। ਕੀ ਕਹਿਣਾ ਚਾਹੋਗੇ ਸਾਡੀ ਅਦਾਲਤੀ ਪ੍ਰਕਿਰਿਆ ਦੇ ਬਾਬਤ? ਟੈਣਾ ਜੀ, ਜਿਸ ਤਰ੍ਹਾਂ ਤੁਸੀਂ ਚੀਫ ਜਸਟਿਸ ਠਾਕੁਰ ਹੋਰਾਂ ਦਾ ਜ਼ਿਕਰ ਕੀਤਾ, ਦਿੱਲੀ ਦੇ ਉਸ ਸਮਾਗਮ ਜਿਹਦੇ ਵਿੱਚ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਸੀਗੇ ਅਤੇ ਵੱਖ ਵੱਖ ਰਾਜਾਂ ਦੇ ਹਾਈ ਕੋਰਟਾਂ ਦੇ ਜੱਜ ਸੀਗੇ, ਪ੍ਰਧਾਨ ਮੰਤਰੀ ਖੁਦ ਉਹਦੇ ਵਿੱਚ ਹਾਜ਼ਰ ਸੀਗੇ, ਉਹਦੇ ਵਿੱਚ ਉਹਨਾਂ ਨੇ ਆਪਣੀ ਬਹੁਤ ਹੀ ਜਿਹੜੀ ਇੱਕ ਦੁੱਖ ਦੀ ਰਾਗ ਆ ਉਹਦਾ ਇੱਕ ਕਿਸਮ ਦਾ ਵਿਖਾਵਾ ਕੀਤਾ ਕਿ ਜਿਹੜਾ ਦਹਾਕਿਆਂ ਤੋਂ ਜਿਹੜੇ ਆ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਉਹਦੇ ਕਰਕੇ ਜਿਹੜੇ ਮੁਕੱਦਮੇ ਆ ਜਿਹੜੇ ਲੋਕਾਂ ਦੇ ਉਹ ਵੀ ਦਹਾਕਿਆਂ ਤੱਕ ਲਟਕ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਆਪ ਜ਼ਿਕਰ ਕੀਤਾ, ਇਸ ਵੇਲੇ
38,80,000 ਦੇ ਲਗਭਗ ਜਿਹੜੇ ਮੁਕੱਦਮੇ ਹਾਈ ਕੋਰਟਾਂ 'ਚ ਜਿਹੜੇ ਆ ਉਹ ਪੈਂਡਿੰਗ ਪਏ ਆ। ਇਸੇ ਤਰ੍ਹਾਂ ਜਿਹੜੀਆਂ ਹੇਠਲੀਆਂ ਅਦਾਲਤਾਂ 'ਚ ਉਹਨਾਂ 'ਚ ਕਿੰਨੇ ਮੁਕੱਦਮੇ ਜਿਹੜੇ ਸੁਣਵਾਈ ਅਧੀਨ ਹੈ ਜਾਂ ਕਿੰਨੇ ਮੁਕੱਦਮੇ ਅਜੇ ਸੁਣਵਾਈ ਕਰਨ ਦੀ ਉਡੀਕ ਕਰ ਰਹੇ ਆ ਉਹਦੇ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਘੱਟੋ ਘੱਟ 10,00,000 ਲੋਕਾਂ ਦੇ ਪਿੱਛੇ 50 ਜੱਜ ਹੋਣੇ ਚਾਹੀਦੇ ਆ, ਸਾਡੇ ਇਹ ਗਿਣਤੀ ਜਿਹੜੀ ਆ ਉਹ 10 ਜੱਜਾਂ ਦੀ ਵੀ ਨਹੀਂ ਹੈਗੀ। ਸੋ ਇੱਕ ਕਿਸਮ ਦਾ ਸਾਡਾ ਜਿਹੜਾ ਨਿਆਂਇਕ ਢਾਂਚਾ ਉਹ ਢਹਿ ਢੇਰੀ ਹੋ ਗਿਆ, ਇਹਦਾ ਹੀ ਪ੍ਰਗਟਾਵਾ ਉਹਨਾਂ ਦੇ ਭਾਸ਼ਣ ਤੋਂ ਹੋਇਆ। ਸਾਡੇ ਤਾਂ ਟਹਿਣਾ ਜੀ ਗੱਲ ਇਹ ਆ ਕਿ ਨਾ ਤਾਂ ਸਰਕਾਰੀ ਸਕੂਲਾਂ 'ਚ ਅਧਿਆਪਕ ਪੂਰੇ ਆ ਜੇ ਤਾਂ ਕਿ ਲੋਕਾਂ ਨੂੰ ਮਿਆਰੀ ਸਿੱਖਿਆ ਮਿਲ ਸਕੇ, ਨਾ ਸਰਕਾਰੀ ਹਸਪਤਾਲਾਂ 'ਚ ਡਾਕਟਰ ਪੂਰੇ ਆ ਤਾਂ ਕਿ ਲੋਕਾਂ ਨੂੰ ਇਲਾਜ ਦੀਆਂ ਸਹੂਲਤਾਂ ਮਿਲਣ ਸਕਣ, ਅਤੇ ਨਾ ਹੀ ਸਾਡੀਆਂ ਅਦਾਲਤਾਂ ਜੱਜ ਪੂਰੇ ਆ ਤਾਂ ਕਿ ਲੋਕਾਂ ਨੂੰ ਸਮੇਂ ਸਿਰ ਨਿਆਂ ਮਿਲ ਸਕੇ। ਸੋ ਇਹ ਬੁਨਿਆਦੀ ਸਹੂਲਤਾਂ ਤੁਹਾਡੇ ਕੋਲ, ਬਿਹਤਰ ਸਿੱਖਿਆ ਹੋਣੀ ਚਾਹੀਦੀ ਹੈ ਤੁਹਾਡੇ ਕੋਲ, ਬਿਹਤਰ ਇਲਾਜ ਦੀ ਸਹੂਲਤ ਹੋਣੀ ਚਾਹੀਦੀ ਹੈ, ਅਤੇ ਤੁਹਾਡੇ ਨਾਲ ਬੇਇਨਸਾਫੀ ਹੁੰਦੀ ਹੈ, ਧੱਕਾ ਹੁੰਦਾ, ਅਤੇ ਤੁਹਾਨੂੰ ਸਮੇਂ ਸਿਰ ਨਿਆਂ ਮਿਲਣਾ ਚਾਹੀਦਾ। ਇਹ ਸਾਰੇ ਖੇਤਰਾਂ 'ਚ ਸਰਕਾਰੀ ਪ੍ਰਬੰਧ ਹੈ, ਚਾਹੇ ਉਹ ਰਾਜਾਂ ਦਾ ਚਾਹੇ ਕੇਂਦਰ ਸਰਕਾਰ ਦਾ, ਉਹ ਇੱਕ ਕਿਸਮ ਨਾਲ ਧਾਰਾਸ਼ਾਹੀ ਹੋ ਚੁੱਕਾ। ਇਹ ਜੱਜ ਨੇ ਜਿੱਦਾਂ ਸਾਡੇ ਮੁੱਖ ਜੱਜ ਨੇ ਜਿੱਦਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਇਹ ਸਾਰਾ ਮੁੱਦਾ ਰੱਖਿਆ, ਮੈਂ ਸਮਝਦਾ ਕਿ ਸਾਡੇ ਮੁੱਖ ਮੰਤਰੀਆਂ ਨੂੰ ਅਤੇ ਸਾਡੀ ਕੇਂਦਰੀ ਸਰਕਾਰ ਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ਲਈ ਜਿਹੜੇ ਢਾਂਚੇ ਆ ਉਹ ਚੁਸਤ ਦਰੁਸਤ ਜਿਹੜੇ ਹੋਣੇ ਚਾਹੀਦੇ ਆ, ਤਾਂ ਹੀ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਜਿਹੜਾ ਦਿੱਤਾ ਜਾ ਸਕਦਾ। ਮਾਨਕ ਸਾਹਿਬ, 1925 ਦੇ ਗੁਰਦੁਆਰਾ ਐਕਟ ਦੇ ਵਿੱਚ ਮਾਣਯੋਗ ਪਾਰਲੀਮੈਂਟ ਦੇ ਵਿੱਚ, ਕਿਉਂਕਿ ਜਿਹੜੇ ਉੱਥੇ ਚੁਣੇ ਗਏ ਸਾਡੇ ਨੁਮਾਇੰਦੇ ਹੁੰਦੇ ਨੇ, ਲੋਕ ਸਭਾ ਦੇ ਮੈਂਬਰ ਹੁੰਦੇ ਨੇ, ਉਹਨਾਂ ਦੇ ਵੱਲੋਂ ਜਿਹੜਾ ਇਹ ਸੋਧ ਬਿੱਲ ਆ ਇਹਨੂੰ ਪਾਸ ਕੀਤਾ ਗਿਆ, ਹੁਣ ਇਹ ਰਾਸ਼ਟਰਪਤੀ ਦੇ ਕੋਲ ਜਾਏਗਾ ਬਿੱਲ, ਜੇਕਰ ਉੱਥੇ ਵੀ ਸਹੀ ਪੈ ਗਈ ਤਾਂ ਇਹ ਕਾਨੂੰਨੀ ਰੂਪ ਅਖਤਿਆਰ ਕਰ ਲਵੇਗਾ। ਪਰ ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੀ ਮਾਨਕ ਸਾਹਿਬ ਕਿੰਤੂ ਪ੍ਰੰਤੂ ਹੋ ਰਹੀ ਹੈ, ਕਿਉਂਕਿ ਸਹਿਜ ਧਾਰੀਆਂ ਦੇ ਕੋਲੋਂ ਵੋਟ ਪਾਉਣ ਦਾ ਅਧਿਕਾਰ ਹੁਣ ਖੁੱਸ ਜਾਣਾ। ਸੋ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੇਕਰ ਸਹਿਜਧਾਰੀ ਚੜਾਵਾ ਚੜਾ ਸਕਦੇ ਨੇ, ਜੇਕਰ ਸਹਿਜਧਾਰੀ ਬਾਕੀ ਕੰਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ, ਤਾਂ ਇੱਥੇ ਉਹਨਾਂ ਦੇ ਉੱਤੇ ਪਾਬੰਦੀ ਕਿਉਂ ਲੱਗ ਰਹੀ ਹੈ? ਤੁਸੀਂ ਬਤੌਰ ਪੱਤਰਕਾਰ ਕੀ ਕਹਿਣਾ ਚਾਹੋਗੇ? ਭੈਣਾ ਜੀ, ਇਹ ਮਾਮਲਾ ਬਹੁਤ ਹੀ ਗੁੰਝਲਦਾਰ ਅਤੇ ਨਾਜ਼ੁਕ ਹੈਗਾ ਜੀ। ਸਿੱਖ ਜਿਹੜਾ ਭਾਈਚਾਰਾ ਉਹ ਦੇਸ਼ ਦਾ ਬਹੁਤ ਹੀ ਛੋਟਾ ਭਾਈਚਾਰਾ ਹੈਗਾ, 1.5-2% ਇਹਨਾਂ ਦੀ ਆਬਾਦੀ ਹੈ ਜੀ ਜੀ। ਉਹ ਇਹਨਾਂ ਦੇ ਜਿਹੜੇ ਇਤਿਹਾਸਕ ਗੁਰਦੁਆਰੇ ਆ ਇਹਨਾਂ ਦੇ ਪ੍ਰਬੰਧ ਨੂੰ ਲੈ ਕੇ ਹਮੇਸ਼ਾ ਜਿਹੜੀ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਉਹਦੇ ਵਿੱਚ ਸਰਕਾਰਾਂ ਜਿਹੜੀਆਂ ਦਖਲ ਦਿੰਦੀਆਂ ਰਹਿੰਦੀਆਂ ਜੀ ਜੀ, ਔਰ ਉਹ ਚਾਹੁੰਦੀਆਂ ਕਿ ਪੰਜਾਬ ਦੀ ਰਾਜਨੀਤੀ ਨੂੰ ਜੇ ਆਪਣੇ ਅਨੁਸਾਰ ਚਲਾਉਣਾ ਤਾਂ ਗੁਰਦੁਆਰਿਆਂ ਦੇ ਪ੍ਰਬੰਧ 'ਚ ਹਰ ਪਾਰਟੀ ਚਾਹੁੰਦੀ ਹੈ ਸਾਡਾ ਦਖਲ ਹੋਣਾ ਚਾਹੀਦਾ ਜੀ ਜੀ। ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਮੇਂ-ਸਮੇਂ ਅਜਿਹੇ ਦਖਲ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ ਉਹਦੇ 'ਚ। ਉਹ ਇਸ ਕਰਕੇ ਸਿੱਖਾਂ ਦੇ ਅੰਦਰ ਜਿਹੜਾ ਇੱਕ ਅਸੁਰੱਖਿਅਤਤਾ ਦੀ ਭਾਵਨਾ ਆ ਕਿ ਜੇਕਰ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਜਿਹੜਾ ਵੋਟ ਪਾਉਣ ਵਾਲੇ ਲੋਕ ਆ ਉਹਨਾਂ ਦੀ ਕੋਈ ਵਿਆਖਿਆ, ਉਹਨਾਂ ਦੀ ਕੋਈ ਡੈਫੀਨੇਸ਼ਨ ਜੇ ਤੈਅ ਨਹੀਂ ਕੀਤੀ ਜਾਂਦੀ ਤਾਂ ਕੋਈ ਵੀ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕ, ਉਹ ਲੋਕ ਵੀ ਜਿਹੜੇ ਸਿੱਖ ਧਰਮ 'ਚ ਯਕੀਨ ਨਹੀਂ ਰੱਖਦੇ, ਉਹ ਆਪਣੀਆਂ ਵੋਟਾਂ ਬਣਾ ਕੇ ਸਿੱਖ ਜਿਹੜੇ ਧਰਮ ਦੇ ਗੁਰਦੁਆਰੇ ਆ ਉਹਨਾਂ 'ਤੇ ਕਬਜ਼ਾ ਕਰ ਸਕਦੇ। ਇਹਦੇ 'ਚੋਂ ਹੀ ਇਹ ਗੱਲ ਨਿਕਲੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਉਹ ਪੰਜਾਬ ਦੀ ਹੈ ਜਾਂ ਦਿੱਲੀ ਦੀ, ਉਹਦਾ ਜਿਹੜਾ ਵੋਟਰ ਹੋਵੇ ਉਹ ਘੱਟੋ ਘੱਟ ਜਿਹੜਾ ਕੇਸਾਧਾਰੀ ਹੋਵੇ, ਪਗੜੀਧਾਰੀ ਹੋਵੇ। ਇਹ ਇਸ ਹੀ ਗੱਲ ਜਿਹੜੀ ਸਿੱਖਾਂ ਦੇ ਅੰਦਰ ਇਹ ਅਸੁਰੱਖਿਅਤ ਆ ਇਹਨੂੰ ਦੂਰ ਕਰਨ ਲਈ ਹੀ ਜਿਹੜਾ ਇਹ ਜਿਹੜਾ ਕਾਨੂੰਨ ਬਣਾਇਆ ਗਿਆ। ਬਾਕੀ ਟਹਿਣਾ ਜੀ, ਜਿੱਥੋਂ ਤੱਕ ਸਿੱਖ ਦੀ ਪਰਿਭਾਸ਼ਾ ਦੀ ਗੱਲ ਹੈ, ਮੈਂ ਨਹੀਂ ਸਮਝਦਾ ਕੋਈ ਅਦਾਲਤ ਜਿਹੜੀ ਆ ਇਹਦਾ ਫੈਸਲਾ ਕਰ ਸਕਦੀ ਹੈ ਜਾਂ ਸਿੱਖਾਂ ਦੀ ਵੀ ਕੋਈ ਬਾਡੀ ਜਿਹੜੀ ਹੈ ਇਹਦਾ ਫੈਸਲਾ ਕਰ ਸਕਦੀ ਹੈ। ਇਹ ਤਾਂ ਵਿਅਕਤੀ ਦੇ ਆਪਣੇ ਵਿਸ਼ਵਾਸ ਦੀ ਗੱਲ ਹੈ। ਸਹੀ ਹੈ, ਬਹੁਤ ਸਾਰੇ ਅਜਿਹੇ ਲੋਕ ਆ ਜਿਹੜੇ ਕੇਸਾਧਾਰੀ ਨਹੀਂ ਹੈਗੇ ਪਰ ਉਹ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਵਿਸ਼ਵਾਸ ਰੱਖਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ, ਉਹਦਾ ਅਸਰ ਕਬੂਲ ਕਰਦੇ ਆ, ਅਤੇ ਜਿਹੜਾ ਆਪਣੇ ਜਿਹੜੇ ਰੀਤੀ ਰਿਵਾਜ਼ ਹੈ ਪਰਿਵਾਰਾਂ ਦੇ, ਸਮਾਜਿਕ ਰੀਤੀ ਰਿਵਾਜ਼ ਹੈ, ਉਹ ਵੀ ਉਹ ਜਿਹੜੀ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਕਰਦੇ। ਪਰ ਕਿਉਂਕਿ ਉਹ ਕੇਸਾਧਾਰੀ ਨਹੀਂ ਹੈਗੇ ਇਸ ਕਰਕੇ ਉਹ ਗੁਰਦੁਆਰਿਆਂ ਦੀਆਂ ਵੋਟਾਂ 'ਚ ਤਾਂ ਵੋਟਾਂ ਨਹੀਂ ਪਾ ਸਕਣਗੇ ਪਰ ਉਹਨਾਂ ਤੋਂ ਸਿੱਖ ਹੋਣ ਦਾ ਅਧਿਕਾਰ ਕੋਈ ਨਹੀਂ ਖੋ ਸਕਦਾ। ਮੈਂ ਸਮਝਦਾ ਜਿਹੜਾ ਵਿਅਕਤੀ 10 ਗੁਰੂਆਂ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਅਤੇ ਆਪਣੇ ਰੀਤੀ ਰਿਵਾਜ਼ ਸਾਰੇ ਜਿਹੜੇ ਆ ਉਹ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਕਰਦਾ, ਜਾਣੀ ਸਿੱਖ ਧਰਮ ਦੇ ਜਿਹੜੇ ਧਾਰਮਿਕ ਰੀਤੀ ਰਿਵਾਜ਼ ਆ ਉਹਨਾਂ ਦੇ ਮੁਤਾਬਕ ਕਰਦਾ, ਉਹ ਵੀ ਆਪਣੇ ਆਪ ਨੂੰ ਸਿੱਖ ਕਹਾਉਣ ਦੇ ਯੋਗ ਹੈਗਾ, ਉਹ ਸਿੱਖ ਕਹਾ ਸਕਦਾ ਆਪਣੇ। ਬਾਕੀ ਵੱਖਰੀ ਗੱਲ ਹੈ, ਮੈਂ ਜਿਹੜਾ ਕਾਨੂੰਨ ਬਣਿਆ ਮੈਂ ਸਮਝਦਾ ਉਹ ਸਿਰਫ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਵੋਟਾਂ ਪਾਉਣ ਦਾ ਕਾਨੂੰਨ ਹੈ, ਉਹ ਸਿੱਖ ਦੀ
ਪਰਿਭਾਸ਼ਾ ਜਾਂ ਸਿੱਖ ਦੀ ਡੈਫੀਨੇਸ਼ਨ ਤੈਅ ਕਰਨ ਲਈ ਉਹ ਕਾਨੂੰਨ ਨਾ ਕਾਫੀ ਹੈ। ਜੀ ਜੀ, ਸਿੱਖ ਸਿਧਾਂਤ ਇੱਕ ਬਹੁਤ ਵੱਡਾ ਵਿਆਪਕ ਸਿਧਾਂਤ ਆ ਔਰ ਇਹ ਵਿਸ਼ਵ ਪੱਧਰ ਦਾ ਸਿਧਾਂਤ ਆ, ਪੂਰੇ ਵਿਸ਼ਵ ਨੂੰ, ਪੂਰੀ ਬ੍ਰਹਿਮੰਡ ਨੂੰ, ਪੂਰੇ ਕਾਇਨਾਤ ਨੂੰ ਜਿਹੜਾ ਉਹ ਆਪਣੀ ਲਪੇਟ 'ਚ ਲੈਂਦਾ। ਇਹਨੂੰ ਕਿਸੇ ਕਾਨੂੰਨ ਦੀ ਪਰਿਭਾਸ਼ਾ 'ਚ ਜਿਹੜਾ ਇਹਨੂੰ ਬੰਨਿਆ ਨਹੀਂ ਜਾ ਸਕਦਾ। ਜੀ, ਅਤੇ ਮਾਨਕ ਸਾਹਿਬ, ਕੈਪਟਨ ਅਮਰਿੰਦਰ ਸਿੰਘ ਕੈਨੇਡਾ ਅਤੇ ਅਮਰੀਕਾ ਦੇ ਦੌਰੇ ਦੇ ਉੱਤੇ ਗਏ ਸੀਗੇ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਕੈਨੇਡਾ ਅਮਰੀਕਾ ਦੇ ਵਿੱਚ ਵੱਧ ਰਹੀਆਂ ਨੇ। ਪਹਿਲਾਂ ਤਾਂ ਉਹਨਾਂ ਦੀਆਂ ਰੈਲੀਆਂ ਜਿਹੜੀਆਂ ਵੱਖ ਵੱਖ ਥਾਵਾਂ ਦੇ ਉੱਤੇ ਰੱਖੀਆਂ ਗਈਆਂ ਸੀ ਉਹ ਰੱਦ ਹੋ ਗਈਆਂ। ਫਿਰ ਪਤਾ ਲੱਗਾ ਕਿ ਉਹਨਾਂ ਦੇ ਉੱਤੇ ਇੱਕ ਵਿਅਕਤੀ ਦੇ ਵੱਲੋਂ ਕੇਸ ਦਰਜ ਕਰਵਾ ਦਿੱਤਾ ਗਿਆ। ਹੁਣ ਇੱਕ ਸੰਸਥਾ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਮਾਣਹਾਨੀ ਦਾ ਕੇਸ ਕਰਨ ਜਾ ਰਹੇ ਹਾਂ। ਕੀ ਕਹਿਣਾ ਚਾਹੋਗੇ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ਦੇ ਉੱਤੇ ਜਿਹੜਾ ਫੁੱਲ ਸਟੋਪ ਲੱਗ ਗਿਆ ਉੱਥੇ, ਉਹਦੇ ਨਾਲ ਪੰਜਾਬ ਦੀ ਕਾਂਗਰਸ ਦੇ ਉੱਤੇ ਵੀ ਕੋਈ ਪ੍ਰਭਾਵ ਪਵੇਗਾ ਜਾਂ ਨਹੀਂ? ਤੈਣਾ ਜੀ, ਮੈਂ ਤਾਂ ਇਹ ਮਹਿਸੂਸ ਕਰਦਾ ਕਿ ਦੁਨੀਆ ਭਰ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਥਾਂ 'ਤੇ ਜਾ ਕੇ ਆਪਣੇ ਵਿਚਾਰ ਰੱਖਣ ਦਾ ਹੱਕ ਹੋਣਾ ਚਾਹੀਦਾ। ਜੀ ਜੀ, ਸਾਡਾ ਪ੍ਰਵਾਸੀ ਭਾਈਚਾਰਾ ਜਿਹੜਾ ਸਾਡੇ ਪੰਜਾਬੀ ਸਮਾਜ ਦਾ ਹਿੱਸਾ, ਜਿਹੜਾ ਵਿਦੇਸ਼ਾਂ ਵਿੱਚ ਰਹਿੰਦਾ ਔਰ ਇੱਥੇ ਦੀ ਪੰਜਾਬ ਦੀ ਰਾਜਨੀਤੀ 'ਚ ਉਹਦੀ ਗਹਿਰੀ ਦਿਲਚਸਪੀ ਹੈ, ਇਹ ਉਹ ਪ੍ਰਵਾਸੀ ਭਾਈਚਾਰਾ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਵਿਕਸਿਤ ਦੇਸ਼ਾਂ ਦਾ ਜਿਹੜਾ ਪ੍ਰਸ਼ਾਸਨਿਕ ਪ੍ਰਬੰਧ ਆ, ਵਿਕਸਿਤ ਦੇਸ਼ਾਂ ਦਾ ਸਿੱਖਿਆ ਪ੍ਰਬੰਧ ਆ, ਵਿਕਸਿਤ ਦੇਸ਼ਾਂ ਦਾ ਸਿਹਤ ਪ੍ਰਬੰਧ ਆ, ਵਿਕਸਿਤ ਦੇਸ਼ਾਂ ਦਾ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਪ੍ਰਬੰਧ ਆ, ਜਿਸ ਤਰ੍ਹਾਂ ਦਾ ਉੱਥੇ ਦਾ ਸਹੀ ਅਰਥਾਂ ਜਮਹੂਰੀ ਨਿਜ਼ਾਮ ਆ, ਇਸ ਤਰ੍ਹਾਂ ਦਾ ਨਿਜ਼ਾਮ ਜਿਹੜਾ ਭਾਰਤ ਵਿੱਚ ਵੀ ਬਣੇ, ਪੰਜਾਬ ਵਿੱਚ ਵੀ ਬਣੇ, ਉਹਨਾਂ ਦੀ ਭਾਵਨਾ ਇਹ ਸਹੀ ਹੈ ਔਰ ਸੱਚੀ ਹੈ। ਜਦੋਂ ਕਿ ਸਾਡੇ ਇੱਥੇ ਦੇ ਪ੍ਰਬੰਧ ਵਿੱਚ ਬਹੁਤ ਸਾਰੀਆਂ ਖਾਮੀਆਂ, ਭ੍ਰਿਸ਼ਟਾਚਾਰ ਹੈ, ਸਾਡੇ ਲੀਡਰਾਂ ਦੀ ਉਸ ਤਰ੍ਹਾਂ ਦੀ ਪ੍ਰਤੀਬੱਧਤਾ ਆਪਣੇ ਦੇਸ਼ ਨਾਲ, ਆਪਣੇ ਪ੍ਰਾਂਤ ਨਾਲ ਨਹੀਂ ਹੈਗੀ, ਇਹ ਇੱਕ ਆਪਣੇ ਆਪ 'ਚ ਇੱਕ ਵੱਡਾ ਮਸਲਾ ਹੈਗਾ। ਇਹਦੇ ਬਾਵਜੂਦ ਜਿਹੜਾ ਪ੍ਰਵਾਸੀ ਪੰਜਾਬੀ ਜੇ ਇਹ ਸਾਰਾ ਕੁਝ ਚਾਹੁੰਦੇ ਆ, ਤਾਂ ਉਹਨਾਂ ਨੂੰ ਇਸ ਮਕਸਦ ਲਈ ਉਹਨਾਂ ਨੇ ਵੋਟ ਪਾਉਣ ਦਾ ਅਧਿਕਾਰ ਵੀ ਇੱਥੇ ਹਾਸਲ ਕੀਤਾ, ਇਸ ਮਕਸਦ ਲਈ ਉਹਨਾਂ ਨੇ ਦੋਹਰੀ ਨਾਗਰਿਕਤਾ ਵੀ ਹਾਸਲ ਕੀਤੀ ਹੈ, ਅਤੇ ਹੁਣ ਜੇ ਦੋ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਤਾਂ ਪੰਜਾਬ ਦੇ ਜਿਹੜੇ ਲੀਡਰ ਆ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਚਾਹੇ ਪ੍ਰਵਾਸੀ ਭਾਈਚਾਰੇ ਦੇ ਬਹੁਤੇ ਲੋਕ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਣ, ਤਾਂ ਉਹਨਾਂ ਨੂੰ ਹੱਕ ਬਣਦਾ ਉਹਨਾਂ ਦਾ ਕਿ ਉਹ ਵਿਦੇਸ਼ ਵਿੱਚ ਜਾਣ, ਉੱਥੇ ਦੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਆ ਜਾਂ ਭਾਰਤ ਦੇ ਲੋਕ ਆ, ਉਹਨਾਂ ਸਾਹਮਣੇ ਆਪਣੇ ਵਿਚਾਰ ਰੱਖਣ ਕਿ ਉਹ ਜਿਹੜੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜਾ ਜੇ ਚੋਣਾਂ ਹੋਣੀਆਂ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਉਹ ਅੱਗੇ ਆ ਰਹੇ ਆ, ਜਾਂ ਪੰਜਾਬ ਨੂੰ ਜਾਂ ਪੂਰੇ ਦੇਸ਼ ਨੂੰ ਕਿਸ ਤਰ੍ਹਾਂ ਦਾ ਪ੍ਰਬੰਧ ਦੇਣਾ ਚਾਹੁੰਦੇ ਆ। ਅਗਰ ਜੇ ਪੰਜਾਬ ਦੇ ਲੀਡਰਾਂ ਨੂੰ ਉੱਥੇ ਜਾ ਕੇ ਜਿਹੜੇ ਉੱਥੇ ਦੇ ਜਿਹੜੇ ਕਾਨੂੰਨ ਆ ਉਹਨਾਂ ਦਾ ਬਹਾਨਾ ਬਣਾ ਕੇ ਜਾਂ ਉਹਨਾਂ ਨੂੰ ਵਰਤ ਕੇ ਪੰਜਾਬ ਦੇ ਲੀਡਰਾਂ ਨੂੰ ਉੱਥੇ ਜਾਣ ਤੋਂ ਰੋਕਿਆ ਜਾਂਦਾ, ਪੰਜਾਬ ਦੇ ਲੀਡਰਾਂ ਨੂੰ ਉੱਥੇ ਜਾ ਕੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਮਨ੍ਹਾ ਕੀਤਾ ਜਾਂਦਾ, ਤਾਂ ਜਿਹੜਾ ਪ੍ਰਵਾਸੀ ਭਾਈਚਾਰਾ ਅਤੇ ਇੱਥੇ ਦਾ ਜਿਹੜਾ ਸਾਡਾ ਪੰਜਾਬੀ ਭਾਈਚਾਰਾ, ਇਹਦੇ ਦਰਮਿਆਨ ਬਹੁਤ ਵੱਡੀ ਖਾਈ ਅਤੇ ਬਹੁਤ ਵੱਡਾ ਪਾੜਾ ਪੈਦਾ ਹੋ ਜਾਏਗਾ। ਜੇ ਪੰਜਾਬੀ ਪ੍ਰਵਾਸੀਆਂ ਨੂੰ ਇੱਥੇ ਆ ਕੇ ਉਹ ਮਾਣ ਸਤਿਕਾਰ ਨਹੀਂ ਮਿਲੇਗਾ, ਇੱਥੇ ਦੇ ਪ੍ਰਸ਼ਾਸਨ 'ਚ ਉਹ ਦਖਲ ਨਹੀਂ ਮਿਲੇਗਾ, ਅਤੇ ਜਿਹੜਾ ਕੱਲ੍ਹ ਇਹ ਵੀ ਸਵਾਲ ਉੱਠ ਸਕਦਾ ਕਿ ਦੋਹਰੀ ਨਾਗਰਿਕਤਾ ਇਹਨਾਂ ਨੂੰ ਕਿਉਂ ਦਿੱਤੀ ਜਾਏ, ਕੱਲ੍ਹ ਇਹ ਵੀ ਸਵਾਲ ਉੱਠ ਸਕਦਾ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਉਂ ਦਿੱਤਾ ਜਾਏ। ਜੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਪੰਜਾਬ ਦੇ ਰਾਜਨੀਤਿਕ ਆਗੂ ਉੱਥੇ ਜਾ ਕੇ ਆਪਣੇ ਵਿਚਾਰ ਨਹੀਂ ਰੱਖ ਸਕਦੇ, ਤਾਂ ਫਿਰ ਉਹਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਇੱਥੇ ਕੀ ਤੁੱਕ ਰਹਿ ਜਾਂਦੀ ਹੈ? ਸੋ ਇਹ ਬਹੁਤ ਵੱਡੇ ਮੁੱਦੇ ਆ। ਅਤੇ ਮਾਨਕ ਸਾਹਿਬ, ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਸਾਹਿਬਾਨ ਨੇ ਇਹ ਗੱਲ ਕਹੀ ਹੈ ਕਿ ਜੇਕਰ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੀ ਨਹੀਂ ਕਰਨੀਆਂ ਤਾਂ ਫਿਰ ਇਸ ਹਵਾਈ ਅੱਡੇ ਦੀ ਤੁੱਕ ਹੀ ਬਣਦੀ ਆ, ਫਿਰ ਤਾਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਆ ਜਿਹੜੀ ਉਹ ਵਾਪਸ ਕਰ ਦੇਣੀ ਚਾਹੀਦੀ ਹੈ। ਤਾਂ ਮੇਰੇ ਖਿਆਲ ਦੇ ਮੁਤਾਬਕ ਇਹ ਬਹੁਤ ਵਧੀਆ ਅਤੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਸਾਰਥਕ ਟਿੱਪਣੀ ਕੀਤੀ ਗਈ ਹੈ। ਤੁਸੀਂ ਕੀ ਮੰਨਦੇ ਹੋ ਇਹਦੇ ਬਾਬਤ? ਟਹਿਣਾ ਜੀ, ਇਸ ਪ੍ਰੋਗਰਾਮ 'ਚ ਆਪਾਂ ਪਹਿਲਾਂ ਵੀ ਇਹ 'ਤੇ ਇੱਕ ਵਾਰ ਚਰਚਾ ਕਰ ਚੁੱਕੇ ਹਾਂ, ਵਿਚਾਰ ਕਰ ਚੁੱਕੇ ਹਾਂ। ਲੱਗਦਾ ਇਹ ਆ ਕਿ ਦਿੱਲੀ ਦੇ ਵਿੱਚ ਜਿਹੜੇ ਕੁਛ ਲੋਕ ਬੈਠੇ ਆ, ਉਹ ਸੱਤਾ ਦੇ ਵਿੱਚ ਬੈਠੇ ਆ, ਜਿਹੜੇ ਪੰਜਾਬ ਦੇ ਅੰਦਰ ਕੋਈ ਵੀ ਕੌਮਾਂਤਰੀ ਹਵਾਈ ਅੱਡਾ ਉਹਨੂੰ ਠੀਕ ਤਰ੍ਹਾਂ ਚੱਲਣ ਨਹੀਂ ਦੇ ਰਿਹਾ, ਕੋਈ ਕੌਮਾਂਤਰੀ ਹਵਾਈ ਅੱਡੇ ਨੂੰ ਸਫਲ ਨਹੀਂ ਹੋਣ ਦੇਣਾ ਚਾਹੁੰਦੇ। ਅੰਮ੍ਰਿਤਸਰ ਦੇ ਮਾਮਲੇ 'ਚ ਵੀ ਇਹੀ ਹੋਇਆ। ਅੰਮ੍ਰਿਤਸਰ ਦੇ ਵਿੱਚ ਜਦੋਂ ਵੱਡੀ ਪੱਧਰ ਦੇ ਕੌਮਾਂਤਰੀ ਉਡਾਣਾਂ ਸ਼ੁਰੂ ਹੁੰਦੀਆਂ ਰਹੀਆਂ, ਜਾਂ ਉਦੋਂ ਹੀ ਜਿਹੜਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਿਘਨ ਪਾ ਕੇ ਉਹਨਾਂ ਨੂੰ ਰੋਕਿਆ ਜਾਂਦਾ ਰਿਹਾ, ਅਤੇ ਭਾਵੇਂ ਕਿ ਕੌਮਾਂਤਰੀ ਪੱਧਰ ਜਿਹੜਾ ਮੰਦਵਾੜਾ ਪਿਆ ਉਹਦੇ ਨਾਲ ਵੀ ਅਸਰ ਪਿਆ, ਪਰ ਜਿਹੜੇ ਵੀ ਨਵੇਂ ਹਵਾਈ ਅੱਡੇ ਆ, ਚਾਹੇ ਪੰਜਾਬ ਦੇ ਹੋਣ ਜਾਂ ਦੂਜੇ ਥਾਂ ਦੇ ਹੋਣ, ਉੱਥੇ ਜਿਹੜੇ ਟੈਕਸ ਘੱਟ ਰੱਖਣੇ ਚਾਹੀਦੇ ਆ, ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਕਿ ਕੰਪਨੀਆਂ ਉੱਥੇ ਆਉਣ ਅਤੇ ਆਪਣੀਆਂ ਫਲਾਈਟਸ ਜਿਹੜੀਆਂ ਸ਼ੁਰੂ ਕਰਨ। ਹੁਣ ਅੰਮ੍ਰਿਤਸਰ ਦਾ ਜੋ ਬਣਿਆ ਆਪਣੇ ਸਾਹਮਣੇ ਆ, ਹੁਣ ਜਦੋਂ ਇਹ ਬੜੇ ਵੱਡੇ ਸੁਪਨੇ ਨਾਲ ਪੰਜਾਬ ਗੌਰਮੈਂਟ ਨੇ, ਇਸ ਵੇਲੇ ਦੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਆ, ਬੜੇ ਵੱਡੇ ਸੁਪਨੇ ਨਾਲ ਇਹ ਸ਼ੁਰੂ ਕੀਤਾ ਚੰਡੀਗੜ੍ਹ ਦਾ ਹਵਾਈ ਅੱਡਾ, ਔਰ ਪੰਜਾਬ ਨੇ ਹੀ ਜ਼ਿਆਦਾ ਇਹ ਲਈ ਜ਼ਮੀਨ ਦਿੱਤੀ, ਜੇ ਤਿੰਨਾਂ ਪਿੰਡਾਂ ਦੀ ਜ਼ਮੀਨ ਜਿਹੜੀ ਇਹਦੇ 'ਤੇ ਲੱਗ ਗਈ। ਹੁਣ ਜੇ ਮੰਤਰੀ ਹਵਾਈ ਅੱਡਾਨਾ ਨਹੀਂ ਸ਼ੁਰੂ ਹੋ ਰਹੀਆਂ ਤਾਂ ਇਹਦੇ ਲਈ ਕੇਂਦਰ ਸਰਕਾਰ
ਜ਼ਿੰਮੇਵਾਰ ਆ, ਦਿੱਲੀ 'ਚ ਬੈਠੇ ਉਹ ਲੋਕ ਜ਼ਿੰਮੇਵਾਰ ਆ ਜਿਹੜੇ ਦਿੱਲੀ ਦੇ ਹਵਾਈ ਅੱਡੇ ਦਾ ਕਾਰੋਬਾਰ ਜਿਹੜਾ ਉਹਨੂੰ ਬਣਾਈ ਰੱਖਣਾ ਚਾਹੁੰਦੇ ਆ। ਉਹ ਇਹ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਦਾ ਹਵਾਈ ਅੱਡਾ ਪੂਰੀ ਸਰਗਰਮੀ ਨਾਲ ਚੱਲ ਪਏ, ਜਿਹੜਾ ਉਹਦੇ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਦਾ ਵੱਡਾ ਹਿੱਸਾ ਅਤੇ ਹਰਿਆਣੇ ਦਾ ਵੱਡਾ ਹਿੱਸਾ, ਇੱਥੇ ਦੇ ਜਿਹੜੇ ਲੋਕ ਆ ਉਹ ਚੰਡੀਗੜ੍ਹ ਹਵਾਈ ਅੱਡੇ ਰਾਹੀਂ ਇਹ ਜਿਹੜੀਆਂ ਹਵਾਈ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੰਦੇ ਜੀ। ਇਹ ਕਿਹੜਾ ਇੰਟਰਸਟ ਆਫ ਕਲੈਸ਼ ਹੈ ਜਿਹਦੇ ਕਰਕੇ ਇਹ ਸਮੱਸਿਆ ਆ ਰਹੀ ਹੈ। ਜੇਕਰ ਅਜਿਹੀ ਕੋਈ ਗੱਲ ਨਾ ਹੁੰਦੀ ਤਾਂ ਅੱਡਾ ਕੰਪਲੀਟ ਹੋਣ ਦੇ ਨਾਲ ਹੀ ਜਿਹੜੀਆਂ ਉੱਥੇ ਕੌਮਾਂਤਰੀ ਹਵਾਈ ਅੱਡਾਨਾਂ ਸ਼ੁਰੂ ਹੋ ਸਕਦੀਆਂ ਸੀਗੀਆਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹਦਾ ਠੀਕ ਨੋਟਿਸ ਲਿਆ, ਪੰਜਾਬ ਦੇ ਸਨਅਤਕਾਰਾਂ ਨੇ ਇਹ ਕੇਸ ਪਾਇਆ ਹੋਇਆ ਅਤੇ ਆਸ ਕੀਤੀ ਜਾਂਦੀ ਆ ਆਉਣ ਵਾਲੇ ਦਿਨਾਂ 'ਚ ਇਹਦਾ ਕੋਈ ਸਾਰਥਕ ਫੈਸਲਾ ਹੋਏਗਾ। ਕੇਂਦਰ ਸਰਕਾਰ ਨੂੰ ਮਜਬੂਰ ਹੋ ਕੇ ਇੱਥੇ ਕੌਮਾਂਤਰੀ ਹਵਾਈ ਅੱਡਾਨਾਂ ਸ਼ੁਰੂ ਕਰਨੀਆਂ ਪੈਣਗੀਆਂ। ਮਾਨਕ ਸਾਹਿਬ, ਇੱਕ ਹੋਰ ਖਬਰ ਆਈ ਹੈ ਕਿ ਪਿਛਲੇ ਇੱਕ ਸਾਲ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਸ਼ਿਵ ਸੈਨਿਕਾਂ ਅਤੇ ਜਿਹੜੇ ਹਿੰਦੂ ਸੰਗਠਨਾਂ ਦੇ ਵੱਖ ਵੱਖ ਆਗੂ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਵਿੱਚ ਕਾਤਲਾਨਾ ਹਮਲੇ ਹੋਏ ਆ। ਆ ਕੁਝ ਦਿਨ ਪਹਿਲਾਂ ਹੀ ਖੰਨੇ ਦੇ ਵਿੱਚ ਇੱਕ ਸ਼ਿਵ ਸੈਨਾ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ, ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਹਦੇ ਗੋਲੀ ਮਾਰੀ ਗਈ ਹੈ। ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬੰਦ ਰੱਖਣ ਦੀ ਗੱਲ ਵੀ ਕੀਤੀ ਗਈ ਸੀ। ਕੀ ਕਹਿਣਾ ਚਾਹੋਗੇ? ਇੱਕ ਤਾਂ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਪੁਲਿਸ ਪ੍ਰਬੰਧ ਆ ਜਿਹੜਾ ਉਹ ਕਿਹੋ ਜਿਹਾ ਬਣ ਚੁੱਕਿਆ ਹੈ। ਦੂਜੀ, ਤੁਹਾਡੇ ਖਿਆਲ ਦੇ ਮੁਤਾਬਕ ਇਹ ਲੋਕਾਂ ਦੇ ਵਿੱਚ ਇੱਕ ਪਾੜਾ ਵਧਾਉਣ ਵਾਲੀ, ਇੱਕ ਲੜਾਈ ਪਵਾਉਣ ਵਾਲੀ, ਫਸਾਦ ਖੜ੍ਹੇ ਕਰਨ ਵਾਲੀ ਗੱਲ ਹੈ ਜਾਂ ਨਹੀਂ? ਬਿਲਕੁਲ ਟਹਿਣਾ ਜੀ, ਜਿਸ ਤਰ੍ਹਾਂ ਜਿਹੜੇ ਆ ਉਹ ਪਿਛਲੇ ਦਿਨਾਂ 'ਚ ਸ਼ਿਵ ਸੈਨਾ ਦੇ ਆਗੂਆਂ ਦੇ ਕਤਲ ਹੋਏ ਆ ਜੀ, ਉਹ ਕਿਸੇ ਮਕਸਦ ਲਈ ਕੀਤੇ ਗਏ? ਇਹਦੇ ਪਿੱਛੇ ਕੋਈ ਜਥੇਬੰਦ ਗਰੋਹ ਆ ਜਿਹੜਾ ਉਹ ਕੰਮ ਕਰ ਰਿਹਾ? ਲੱਗਦਾ ਆ ਕਿ ਪੰਜਾਬ ਦੀ ਸਥਿਤੀ ਨੂੰ ਮੁੜ ਕੇ ਫਿਰ ਫਿਰਕੂ ਰੂਪ ਦੇਣ ਲਈ ਇਹ ਜਥੇਬੰਦਕ ਢੰਗ ਨਾਲ, ਯੋਜਨਾਬੱਧ ਢੰਗ ਨਾਲ ਇਹ ਕੋਸ਼ਿਸ਼ ਕੀਤੀ ਜਾ ਰਹੀ ਆ। ਭਾਵੇਂ ਤੁਸੀਂ ਜਾਂ ਮੈਂ ਸ਼ਿਵ ਸੈਨਾ ਦੀ ਵਿਚਾਰਧਾਰਾ ਨਾਲ, ਸ਼ਿਵ ਸੈਨਾ ਦੇ ਆਗੂਆਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਪੰਜਾਬ ਦੇ ਵਿੱਚ ਹਰ ਵਿਅਕਤੀ ਦੀ ਦੇ ਜਾਨ ਅਤੇ ਮਾਲ ਦੀ ਰਾਖੀ ਹੋਣੀ ਚਾਹੀਦੀ ਹੈ। ਕਿਸੇ ਵੀ ਆਧਾਰ 'ਤੇ ਉਹ ਜਿਹੜਾ ਹਿੰਸਾ ਦਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਪੰਜਾਬ ਦੀ ਸਰਕਾਰ ਨੂੰ ਗੰਭੀਰਤਾ ਨਾਲ ਇਹਨੂੰ ਲੈਣਾ ਚਾਹੀਦਾ, ਖਾਸ ਕਰਕੇ ਪੰਜਾਬ ਦੀ ਪੁਲਿਸ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਜਿਹੜੇ ਇਹਦੇ ਪਿੱਛੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆ ਕੇ ਖੜ੍ਹੇ ਕਰਨਾ ਚਾਹੀਦਾ ਅਤੇ ਇਹ ਸਿਲਸਿਲਾ ਰੋਕਣਾ ਚਾਹੀਦਾ ਤਾਂ ਕਿ ਪੰਜਾਬ ਦੇ ਹਾਲਾਤ ਮੁੜ ਕੇ ਇੱਕ ਵਾਰ ਫਿਰ ਖਰਾਬ ਨਾ ਹੋਣ ਜੀ। ਅਤੇ ਮਾਨਕ ਸਾਹਿਬ, ਖਬਰਾਂ ਕਈ ਹੋਰ ਵੀ ਸਨ ਪਰ ਵਕਤ ਦੀ ਘੱਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਖਬਰਾਂ 'ਤੇ ਟਿੱਪਣੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।